ਸੰਸਥਾ ਵਾਤਾਵਰਨ ਬਚਾਓ ਸੰਸਥਾ ਵੱਲੋਂ ਜਿਹੜੇ ਰੁੱਖ ਲਗਾਏ ਜਾ ਰਹੇ ਨੇ, ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ, ਇਸ ਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ? ਦੇਖੋ, ਜਿਹੜੀ ਅੱਜ ਸੰਸਥਾ ਰੁੱਖ ਲਗਾਓ ਵਾਤਾਵਰਨ ਬਚਾਓ, ਉਹਨਾਂ ਦਾ ਮੈਂ ਪਿੰਡ ਲਿਬੜਾ ਵਿਖੇ ਪਹੁੰਚਣ ਦੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ। ਉਹ ਸਾਡਾ ਸਮੂਹ ਨਗਰ ਨਿਵਾਸੀਆਂ ਵੱਲੋਂ, ਪੂਰੀ ਪੰਚਾਇਤ ਵੱਲੋਂ ਉਹਨਾਂ ਦਾ ਇੱਥੇ ਵੈਲਕਮ ਕਰਦੇ ਹਾਂ। ਉਹਨਾਂ ਦੇ ਜਿਹੜੇ ਸਾਥੀ ਨੇ, ਸੰਸਥਾ ਦੇ ਮੈਂਬਰ ਨੇ, ਉਹ ਅੱਜ ਦੂਜੀ ਵਾਰ ਰੁੱਖ ਲਗਾਉਣ ਸਾਡੇ ਪਿੰਡ 'ਚ ਆਏ ਨੇ। ਕਿਉਂਕਿ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਰੁੱਖ, ਇੱਕ ਰੁੱਖ ਦਾ 100 ਸੁੱਖ ਆ, ਉਹਦੇ ਪ੍ਰਤੀ ਆਪਾਂ ਨੂੰ ਪਰਮਾਤਮਾ ਨੇ ਦਿਖਾਤਾ ਵੀ ਜਿਵੇਂ ਕਰੋਨਾ ਦੀ ਮਹਾਂਮਾਰੀ ਆਈ, ਜਿੱਥੇ ਜ਼ਿਆਦਾ ਰੁੱਖ ਸੀਗੇ ਉੱਥੇ ਇਹ ਕਰੋਨਾ ਦੀ ਮਹਾਂਮਾਰੀ ਨੇ ਉਨਾ ਪ੍ਰਕੋਪ ਨਹੀਂ ਕੀਤਾ ਜਿੰਨਾ ਇਹ ਸ਼ਹਿਰਾਂ 'ਚ ਕੀਤਾ। ਸੋ ਆਪਾਂ ਨੂੰ ਪਤਾ ਲੱਗ ਗਿਆ ਵੀ ਰੁੱਖ ਦੇ ਕਿੰਨੇ ਸੁੱਖ ਨੇ, ਕਿੰਨੀਆਂ ਜ਼ਿੰਦਗੀਆਂ ਜਿਹੜੇ ਇਹ ਰੁੱਖ ਨੇ ਆਪਾਂ ਨੂੰ ਦਿੰਦੇ ਨੇ। ਸੋ ਮੈਂ ਇੱਕ ਵਾਰ ਫਿਰ ਆਪਣੀ ਪਿੰਡ ਲਿਬੜਾ ਦੀ ਪੰਚਾਇਤ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਸਾਡੇ ਸੰਸਥਾ ਦੇ ਮੈਂਬਰ ਪ੍ਰਿੰਸ ਜੀ, ਨਿਰਮਲ ਦੁੱਲੋ ਜੀ ਅਤੇ ਹੋਰ ਮੇਰੇ ਕੈਪਟਨ ਸਾਹਿਬ ਸਾਰੇ ਅੱਜ ਇੱਥੇ ਸਾਡੇ ਪਿੰਡ ਲਿਬੜਾ ਵਿਖੇ ਦੂਜੇ ਪੜਾਅ ਦੇ ਵਿੱਚ ਜਿਹੜੇ ਰੁੱਖ ਲਗਾਉਣ ਵਾਸਤੇ ਆਏ ਹਾਂ, ਅਸੀਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਂਦੇ ਹਾਂ ਵੀ ਜਿਹੜਾ ਇਹ ਤੁਸੀਂ ਕਾਰਜ ਆਰੰਭਿਆ ਉਹ ਕਾਰਜ ਦੇ ਵਿੱਚ ਅਸੀਂ ਆਪਣੇ ਪਿੰਡ ਵਾਸੀਆਂ ਵੱਲੋਂ ਵਿਸ਼ਵਾਸ ਦਿਵਾਉਂਦੇ ਹਾਂ ਵੀ ਪੂਰਾ ਅਸੀਂ ਸਾਥ ਦੇਵਾਂਗੇ। ਔਰ ਜਿਹੜੇ ਤੁਸੀਂ ਰੁੱਖ ਸਾਡੇ ਪਿੰਡ ਵਿੱਚ ਲਾ ਕੇ ਗਏ ਹੋ, ਇਹ ਸਾਡੀ ਹੁਣ ਜ਼ਿੰਮੇਵਾਰੀ ਆ ਵੀ ਇਹਨਾਂ ਨੂੰ ਪਾਲਣ ਪੋਸ਼ਣ ਕਰਨਾ, ਕਿਉਂਕਿ ਰੁੱਖ ਲਾਉਣਾ ਸੌਖਾ, ਪਾਲਣਾ ਬੜਾ ਔਖਾ। ਸੋ ਇਹਨਾਂ ਨੂੰ ਫਿਰ ਮੈਂ ਇਹਨਾਂ ਦਾ, ਪ੍ਰਿੰਸ ਜੀ ਦਾ, ਦੁੱਲੋ ਸਾਹਿਬ ਦਾ ਇੱਥੇ ਆਉਣ 'ਤੇ ਧੰਨਵਾਦ ਕਰਦਾ ਵੀ ਇਹਨਾਂ ਨੇ, ਸੰਸਥਾ ਨੇ ਮੇਰੇ ਪਿੰਡ ਦੇ ਵਿੱਚ ਆ ਕੇ ਦੂਜੀ ਵਾਰ ਸਾਡੇ ਦੂਜੇ ਪੜਾਅ ਦੇ ਵਿੱਚ ਬਹੁਤ ਬੂਟੇ ਲਾਏ ਨੇ। 300 ਬੂਟਾ ਇਹਨਾਂ ਨੇ ਪਹਿਲਾਂ ਸਾਡੇ ਪਿੰਡ 'ਚ ਲਾਇਆ, ਤਕਰੀਬਨ 250 ਬੂਟਾ ਹੁਣ ਲਾਉਣਗੇ। ਸੋ ਮੈਂ ਇੱਕ ਵਾਰ ਫਿਰ ਆਪਣੇ ਪਿੰਡ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਹਾਂਜੀ ਡੈਡੀ, ਅੱਜ ਪਿੰਡ ਲਿਬੜਾ ਵਿੱਚ ਪਹੁੰਚੇ ਮਾਨਯੋਗ ਸਾਥੀਓ, ਰੁੱਖ ਲਾਓ ਵਾਤਾਵਰਨ ਬਚਾਓ ਦੇ ਮੁਖੀ ਹਰਪ੍ਰੀਤ ਸਿੰਘ ਪ੍ਰਿੰਸ ਜੀ, ਲਿਬੜਾ ਦੇ ਸਰਪੰਚ ਯਾਦਵਿੰਦਰ ਲਿਬੜਾ ਜੀ ਅਤੇ ਪੰਚ ਸਾਹਿਬਾਨ ਅਤੇ ਮੇਰੇ ਮਾਨਯੋਗ ਸਾਥੀਓ, ਅੱਜ ਬਹੁਤ ਹੀ ਵਧੀਆ ਇੱਕ ਉਪਰਾਲਾ ਹੋ ਰਿਹਾ ਪ੍ਰਿੰਸ ਜੀ ਦੀ ਅਗਵਾਈ ਦੇ ਵਿੱਚ, ਅਤੇ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਕਈ ਜਗ੍ਹਾ ਜਾ ਕੇ ਬੂਟੇ ਵਗੈਰਾ ਕਈ ਜਗ੍ਹਾ ਲਾਏ ਨੇ, ਕਈ ਥਾਵਾਂ 'ਤੇ ਲਾਏ ਨੇ। ਅਤੇ ਮੈਂ ਦੱਸ ਦਿੰਦਾ ਪ੍ਰਿੰਸ ਜੀ ਨੂੰ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਮਾਜ ਦੀ ਸੇਵਾ ਦੇ ਵਿੱਚ ਇਹ ਇੱਕ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ, ਅਤੇ ਜਿਹਦੀ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਲੋੜ ਹੈ। ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਰੋਨਾ ਮਹਾਂਮਾਰੀ ਕਰਕੇ ਕਿੰਨੇ ਲੋਕਾਂ ਨੂੰ ਆਕਸੀਜਨ ਦੀ ਕਮੀ ਦੇ ਕਾਰਨ ਜਾਨ ਗਵਾਉਣੀ ਪਈ, ਅਤੇ ਰੁੱਖ ਐਸਾ ਹੈ ਕਿ ਕਹਿੰਦੇ ਇੱਕ ਰੁੱਖ 100 ਸੁੱਖ, ਰੁੱਖਾਂ ਬਿਨਾਂ ਆਪਣਾ ਜੀਵਨ ਅਧੂਰਾ ਹੈ। ਤੋ ਮੈਂ ਹਰਪ੍ਰੀਤ ਪ੍ਰਿੰਸ ਜੀ ਨੂੰ ਦਾ ਧੰਨਵਾਦ ਕਰੂੰਗਾ ਬਹੁਤ ਬਹੁਤ ਕਿ ਸਾਨੂੰ ਵੀ ਇਹਨਾਂ ਨੇ ਇੱਥੇ ਬੁਲਾ ਕੇ ਮਨ ਬਖਸ਼ਿਆ, ਅਤੇ ਯਾਦਵਿੰਦਰ ਲਿਬੜਾ ਜੀ ਦਾ ਜਿਹੜੇ ਸਹਿਯੋਗ ਦੇ ਰਹੇ ਨੇ, ਧੰਨਵਾਦ ਜੀ। ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਵੱਲੋਂ ਲਗਾਤਾਰ ਰੁੱਖ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ। ਪਿਛਲੇ ਦਿਨਾਂ ਦੇ ਵਿੱਚ ਅਸੀਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਰੁੱਖ ਲਗਾਉਣ ਦੀ ਜੋ ਪ੍ਰਕਿਰਿਆ ਆਰੰਭੀ ਸੀ, ਉਸ ਵਿੱਚ ਸਾਨੂੰ ਖੰਨਾ ਸ਼ਹਿਰ ਨਿਵਾਸੀਆਂ ਵੱਲੋਂ ਵੱਖ ਵੱਖ ਕੌਂਸਲਾਂ ਵੱਲੋਂ ਵੀ ਪੂਰਾ ਸਹਿਯੋਗ ਮਿਲਿਆ। ਪਿੰਡ ਲਿਬੜੇ ਦੇ ਵਿੱਚ ਅਸੀਂ ਪਹਿਲਾਂ ਵੀ ਬੂਟੇ ਲਗਾ ਕੇ ਗਏ ਸੀ ਅਤੇ ਅੱਜ ਦੂਸਰੇ ਪੜਾਅ ਦੇ ਵਿੱਚ ਇੱਥੇ ਫਿਰ ਅਸੀਂ ਬੂਟੇ ਲਗਾਉਣ ਆਏ ਹਾਂ। ਅਸੀਂ ਧੰਨਵਾਦ ਕਰਦੇ ਹਾਂ
ਸਰਦਾਰ ਯਾਦਵਿੰਦਰ ਸਿੰਘ ਲਿਬੜਾ ਜੋ ਪਿੰਡ ਦੀ ਸਰਪੰਚ ਦੇ ਸਪੁੱਤਰ ਜੀ ਨੇ ਅਤੇ ਉੱਘੇ ਆਗੂ ਨੇ, ਸਮਾਜ ਸੇਵੀ ਨੇ, ਸਾਡੇ ਨਾਲ ਸਮਾਜ ਸੇਵੀ ਮਾਸਟਰ ਰਾਜਵੀਰ ਲਿਬੜਾ ਜੀ ਵੀ ਨੇ ਅਤੇ ਨਿਰਮਲ ਸਿੰਘ ਦੁੱਲੋ ਜੀ ਨੇ, ਕੈਪਟਨ ਸਾਹਿਬ ਨੇ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਾਡਾ ਇਹ ਚੰਗਾ ਸਾਥ ਦੇ ਰਹੇ ਨੇ, ਸਾਡੀ ਹੌਸਲਾ ਅਫਜ਼ਾਈ ਕਰ ਰਹੇ ਨੇ। ਇਹ ਨਿਰਸਵਾਰ ਸੇਵਾ ਸਾਡੇ ਵੱਲੋਂ ਨਿਰੰਤਰ ਕੀਤੀ ਜਾ ਰਹੀ ਹੈ ਕਿਉਂਕਿ ਸਾਡੀ ਸੰਸਥਾ ਦਾ ਇਹੀ ਮੁੱਖ ਮੋਟਿਵ ਹੈ, ਉਦੇਸ਼ ਹੈ, ਸਾਡੀ ਸੋਚ ਹੈ ਕਿ ਜੋ ਅੱਜ ਗਲੋਬਲ ਵਾਰਮਿੰਗ ਦਾ ਖਤਰਾ ਮੰਡਰਾ ਰਿਹਾ, ਜਿਸ ਨੂੰ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਹਰ ਪਾਸੇ ਸਾਡਾ ਚੁਗਿਰਦਾ ਹਰਿਆ ਭਰਿਆ ਹੋਵੇ, ਰੁੱਖ ਲਗਾਏ ਜਾਣ, ਬੂਟੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਲਗਾਏ ਜਾਣ, ਤਾਂ ਹਰਿਆਲੀ ਵੱਧ ਤੋਂ ਵੱਧ ਪੈਦਾ ਹੋਵੇਗੀ ਅਤੇ ਇੱਕ ਤੰਦਰੁਸਤ ਜੀਵਨ ਬਤੀਤ ਕਰਨ ਦੇ ਸਮਰੱਥ ਅਸੀਂ ਹੋਵਾਂਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਆਉਣ ਵਾਲੀਆਂ ਨਸਲਾਂ ਨੇ, ਉਹਨਾਂ ਲਈ ਵੀ ਸਾਨੂੰ ਕੋਈ ਸੋਚਣਾ ਪੈਣਾ। ਇਸ ਕਰਕੇ ਅਸੀਂ ਇਸ ਉਪਰਾਲੇ ਲਈ ਲਗਾਤਾਰ ਨਿਰੰਤਰ ਯਤਨਸ਼ੀਲ ਹਾਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ, ਸ਼ਹਿਰ ਵਾਸੀਆਂ ਵੱਲੋਂ ਸਾਨੂੰ ਪੂਰਾ ਸਮਰਥਨ ਮਿਲ ਰਿਹਾ। ਅਸੀਂ ਧੰਨਵਾਦੀ ਹਾਂ ਮੀਡੀਆ ਦਾ, ਜਿਹੜੇ ਸਾਡੇ ਪ੍ਰਚਾਰ ਪ੍ਰਸਾਰ ਦੇ ਕਾਰਨ ਸਾਡੀ ਪੂਰੀ ਮਦਦ ਕਰ ਰਹੇ ਨੇ, ਲੋਕਾਂ ਤੱਕ ਇਹ ਘਰ ਘਰ ਤੱਕ ਆਵਾਜ਼ ਪਹੁੰਚਾ ਰਹੇ ਨੇ। ਲੋਕਾਂ ਵਿੱਚ ਜਾਗਰੂਕਤਾ ਵੀ ਅਸੀਂ ਦੇਖਿਆ ਕਿ ਆ ਰਹੀ ਹੈ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਆਪਾਂ ਦੇਖ ਚੁੱਕੇ ਹਾਂ ਕਿ ਆਕਸੀਜਨ ਦੀ ਕਮੀ ਨੂੰ ਮਹਿਸੂਸ ਕੀਤਾ ਜਾ ਰਿਹਾ ਸੀਗਾ ਅਤੇ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਰਕੇ ਮੈਂ ਪਹਿਲਾਂ ਵੀ ਕਿਹਾ ਕਿ ਲੋਕਾਂ ਵਿੱਚ ਜਾਗਰਤੀ ਆਈ ਹੈ, ਲੋਕਾਂ ਨੂੰ ਮਹਿਸੂਸ ਹੋਇਆ ਕਿ ਪ੍ਰਦੂਸ਼ਣ ਜਿਹੜਾ ਉਹ ਬਹੁਤ ਵੱਧ ਚੁੱਕਿਆ ਹੈ। ਅਤੇ ਅੱਜ ਦਾ ਦਿਨ, ਅੱਜ ਬੁੱਧਵਾਰ ਨੂੰ ਅਸੀਂ ਦੇਖਿਆ ਕਿ ਇੱਕ ਪਾਸੇ ਬਿਜਲੀ ਦਾ ਕੱਟ ਲੱਗਿਆ ਹੋਇਆ ਸੀ, ਦੂਜੇ ਪਾਸੇ ਹੀਟ ਬਹੁਤ ਜ਼ਿਆਦਾ ਸੀ। ਤਾਪਮਾਨ ਅਸੀਂ ਨਹੀਂ ਚੈੱਕ ਕੀਤਾ ਕਿੰਨਾ, ਪਰੰਤੂ ਆਮ ਦਿਨਾਂ ਨਾਲੋਂ, ਪਿਛਲੇ ਦਿਨਾਂ ਨਾਲੋਂ ਅੱਜ ਗਰਮੀ ਬਹੁਤ ਜ਼ਿਆਦਾ ਸੀ। ਕਈ ਲੋਕਾਂ ਦੇ ਰਾਹੀਂ ਅਸੀਂ ਕੰਨਾਂ 'ਚੋਂ ਸੁਣੀ ਆਵਾਜ਼ ਇਹ ਮੂੰਹ 'ਚੋਂ ਕਿ ਜਿੰਨੇ ਵੱਧ ਤੋਂ ਵੱਧ ਰੁੱਖ ਹੋਣਗੇ ਉਹਨਾਂ ਸਾਨੂੰ ਸਬਰ ਸੰਤੋਖ ਮਿਲੂਗਾ, ਸੁੱਖ ਮਿਲੂਗਾ, ਸਾਨੂੰ ਸਰੀਰਕ ਤੌਰ 'ਤੇ ਜੋ ਤੰਦਰੁਸਤੀ ਪ੍ਰਦਾਨ ਹੋਊਗੀ। ਇਹ ਅਸੀਂ ਦੇਖਿਆ, ਇੱਥੇ ਵੀ ਗੱਲਾਂ ਕਰਦੇ ਸੀਗੇ ਕਿ ਰੁੱਖਾਂ ਦੀ ਜਿਹੜੀ ਹੈਗੀ ਹੈ ਉਹ ਬਹੁਤ ਮਹੱਤਵ ਹੈ ਸਾਡੇ ਜੀਵਨ ਵਿੱਚ। ਇਸੇ ਕਰਕੇ ਜ਼ਿਆਦਾਤਰ ਲੋਕ ਇਹੀ ਸੰਦੇਸ਼ ਦੇ ਰਹੇ ਨੇ ਕਿ ਹਰ ਮਨੁੱਖ ਲਾਵੇ ਇੱਕ ਰੁੱਖ, ਪਰ ਅਸੀਂ ਕਹਿੰਦੇ ਹਾਂ ਇੱਕ ਨਹੀਂ ਲਾ ਸਕਦੇ, ਦੋ ਲਾਓ, ਤਿੰਨ ਲਾਓ, ਚਾਰ ਲਾਓ, ਅਤੇ ਜਿਹੜੇ ਰੁੱਖ ਲਗਾਏ ਨੇ ਉਹਨਾਂ ਦਾ ਪਾਲਣ ਪੋਸ਼ਣ ਕਰੋ। ਅੱਜ ਲਿਬੜਾ ਪਿੰਡ ਵਿਖੇ ਗ੍ਰਾਮ ਪੰਚਾਇਤ ਵੱਲੋਂ, ਇਲਾਕਾ ਵਾਸੀਆਂ ਵੱਲੋਂ ਜੋ ਸਾਨੂੰ ਮਾਣ ਸਤਿਕਾਰ ਬਖਸ਼ਿਆ ਗਿਆ, ਸਾਡਾ ਹੌਸਲਾ ਵਧਾਇਆ ਗਿਆ, ਇਹ ਸਾਨੂੰ ਯਕੀਨਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤਾਕਤ ਬਖਸ਼ੇਗਾ ਅਤੇ ਅਸੀਂ ਅਕਾਲ ਪੁਰਖ ਦੀ ਕਿਰਪਾ ਨਾਲ ਪਹਿਲਾਂ ਵਾਂਗ ਆਪਣੇ ਇਸ ਮਿਸ਼ਨ ਵਿੱਚ, ਇਸ ਮੁਹਿੰਮ ਨੂੰ ਅੱਗੇ ਤੋਰਾਂਗੇ। ਤੁਹਾਡਾ ਸਭ ਦਾ ਇੱਕ ਵਾਰ ਫਿਰ ਧੰਨਵਾਦ। ਫਿਰ ਮੈਂ ਇਹੀ ਅਪੀਲ ਕਰਦਾ ਕਿ ਰੁੱਖ ਲਗਾਓ, ਵਾਤਾਵਰਨ ਬਚਾਓ, ਸੰਸਥਾ ਦੇ ਨਾਲ ਬੇਸ਼ੱਕ ਨਾ ਜੁੜੋ, ਪਰ ਜਦੋਂ ਵੀ ਕੋਈ ਮਨੁੱਖ ਰੁੱਖ ਲਗਾਉਂਦਾ ਤਾਂ ਸਮਝੋ ਵੀ ਸਾਡੀਆਂ ਦੁਆਵਾਂ, ਸਾਡੀਆਂ ਅਸੀਸਾਂ ਉਹਦੇ ਨਾਲ ਨੇ। ਅਕਾਲ ਪੁਰਖ ਮਿਹਰ ਕਰੇ, ਆਪਾਂ ਸਾਰੇ ਤੰਦਰੁਸਤ ਜੀਵਨ ਬਤੀਤ ਕਰੀਏ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਚੰਗਾ ਜੀਵਨ ਬਤੀਤ ਕਰਨ। ਇਸ ਆਸ਼ਾ ਨੂੰ ਲੈ ਕੇ ਮੈਂ ਆਪ